मम्मी जी हाँ। सिलाई मशीन पई है स्टोर च ओनू चलांदा नहीं कोई भी? नहीं ओनू तो कोई नहीं चलांदा, कुड़ी हैगी वो चलांदी हैगी, ओदा व्याह करता तो मैं चौके पे स्टोर च बाड़ छड़ी, मैं इन्हें किन्ने चलाउणी। हाँ जी हुण मैं सीख ली नहीं सिलाई, फिर सीख ला नाले अपने सूट सी लै करांगे, ओह पैसे बच जांदे आ। आहो इहदे च पुछण वाली कीहड़ी गल आ। हाँ जी काम तो कोई भी सीखिया होवे चंगा ही आ। हाँ जी ते तजिंदे मन जाणगे ना पुछ के वेख ली की कहंदा। पुछ ली हाँ जी चल ठीक आ। सुजिंदर मैं गल करनी है एक। मैं सारा दिन घर वेली रहनी हाँ तो सिलाई ना सीख ला। मैं तो ता कहनी सिलाई मशीन करे पई अपने घर ते बड़ा कुछ पिया है सारा कुछ सीखी जा, पर इच गलत की आ? गलत सही दा मैनू नहीं पता ठीक है। ਚੰਗੇ ਘਰਾਂ ਦੀਆਂ ਜਨਾਨੀਆਂ ਬਾਹਰ ਕਮਾਉਣ ਨਹੀਂ ਜਾਂਦੀਆਂ, ਬੰਦੇ ਕਮਾਉਣ ਜਾਂਦੇ ਆ। ਮੈਂ ਜਾਣਾ ਹੈ ਨਾ ਕਮਾਉਣ, ਮਿਲਦੀ ਆ ਨਾ ਰੋਟੀ ਤੈਨੂੰ, ਜਿੱਥੇ ਹੈਗੀ ਉੱਥੇ ਬੈਠੀ ਰਹਿ ਘਰੇ ਚੁੱਪ ਕਰਕੇ। ਭਾਤ ਜਿੰਦਰ ਇਹ ਤਾਂ ਪਹਿਲਾ ਜ਼ਮਾਨਾ ਸੀ, ਤੁਸੀਂ ਅੱਜ ਵੀ ਇਹੋ ਗੱਲਾਂ ਕਰਦੇ ਜੇ ਜਨਾਨੀਆਂ ਘਰੇ ਰਹਿਣ, ਅੱਜ ਕੱਲ੍ਹ ਤਾਂ ਬਰਾਬਰ ਕੰਮ ਹੁੰਦਾ ਵਾ, ਕਿਹੜਾ ਕੰਮ ਨਹੀਂ ਕਰਦੀਆਂ ਜਨਾਨੀਆਂ। ਮੈਨੂੰ ਜ਼ਿਆਦਾ ਗਿਆਨ ਨਾ ਦੇ ਠੀਕ ਹੈ, ਮੈਂ ਵੀ ਬਾਹਰ ਘੁੰਮਦਾ ਫਿਰਦਾ ਹਾਂ, ਮੈਨੂੰ ਪਤਾ ਹੈ ਬਾਹਰ ਕੀ ਹੁੰਦਾ ਨੌਕਰੀ ਵਾਲਿਆਂ ਦਾ। ਚਲੋ ਠੀਕ ਹੈ ਜੇ ਤੁਸੀਂ ਨਹੀਂ ਚਾਹੁੰਦੇ ਤੇ ਨਹੀਂ ਜਾਂਦੀ। ਮੰਮੀ ਜੀ ਮੈਂ ਪੁੱਛਿਆ ਤਜਿੰਦਰ ਨੂੰ ਤਾਂ ਉਹਨਾਂ ਮਨਾ ਕਰਤਾ ਵਾ, ਠੀਕ ਕਹਿੰਦਾ ਕਹਿੰਦਾ ਜਨਾਨੀਆਂ ਦਾ ਕੰਮ ਨਹੀਂ ਬਾਹਰ ਜਾਣਾ, ਉਹਨਾਂ ਦਾ ਕੰਮ ਘਰੇ ਰਹਿਣਾ ਹੁੰਦਾ ਵਾ, ਬੰਦਿਆਂ ਦਾ ਕੰਮ ਆ ਕਮਾਈ ਕਰਨਾ ਤਾਂ ਬਾਹਰ ਜਾਣ ਦਾ। ਤੈਨੂੰ ਸ਼ੌਂਕ ਆ? ਹਾਂਜੀ ਸਿੱਖਣ ਦਾ। ਹਾਂਜੀ ਅੱਛਾ ਕਿੰਨੇ ਘੰਟੇ ਹੁੰਦੀ ਕਲਾਸ ਫਿਰ? ਬਸ 1.5-2 ਘੰਟੇ ਹੁੰਦੀ, ਜ਼ਿਆਦਾ ਨਹੀਂ ਟਾਈਮ। ਚੱਲ ਕੋਈ ਨਹੀਂ ਤਜਿੰਦਰ ਕਿਹੜਾ ਘਰ ਰਹਿੰਦਾ, ਹੁਣ ਤਾਂ ਸਵੇਰੇ ਜਾਣਾ ਹੁੰਦਾ ਸ਼ਾਮ ਨੂੰ ਆਉਣਾ ਹੁੰਦਾ, ਤੇ ਤੂੰ ਮਗਰ 2 ਘੰਟੇ ਲਾਇਆ ਕਰ, ਉਹਨੂੰ ਕੀ ਪਤਾ ਲੱਗਣਾ। ਤਾਂ ਵੀ ਮੰਮ ਜੀ ਕਦੀ ਤਾਂ ਪਤਾ ਲੱਗੂਗਾ ਹੀ। ਤੇ ਕੋਈ ਗੱਲ ਨਹੀਂ ਪਤਾ ਲੱਗ ਜੂ ਤਾਂ ਫਿਰ ਕੀ ਆ, ਤੂੰ ਕੰਮ ਸਿੱਖਣ ਜਾਣਾ, ਤੂੰ ਕਿਹੜਾ ਉੱਥੇ ਫਿਰਨ ਜਾਣਾ ਜਾਂ 2 ਨੰਬਰ ਦਾ ਕੋਈ ਕੰਮ ਕਰਨ ਜਾਣਾ ਜੇ ਤੇ ਜੇ ਉਹਨੂੰ ਬੁਰਾ ਲੱਗੂਗਾ। ਹਾਂਜੀ ਤੇ ਤੂੰ ਜਾਇਆ ਕਰ, ਕੋਈ ਗੱਲ ਨਹੀਂ ਉਹਨੇ ਸ਼ਾਮ ਨੂੰ ਆਉਣਾ ਵਾ। ਠੀਕ ਆ ਮੰਜੀ ਜੇ ਤੁਸੀਂ ਕਹਿੰਦੇ ਮੈਂ ਚੱਲ ਜਾਵਾਂਗੀ। ਚੱਲ ਜਾ ਕਰ ਤੂੰ, ਕੋਈ ਗੱਲ ਨਹੀਂ ਕੁਛ ਨਹੀਂ ਕਹਿੰਦਾ। ਠੀਕ ਆ ਆਗੀ ਸੰਦੀਪ? ਹਾਂਜੀ ਮੈਮ ਜੀ। ਹਾਂ ਹੋ ਗਿਆ ਕੋਰਸ ਪੂਰਾ? ਹਾਂਜੀ ਲਾਸਟ ਦਿਨ ਹੀ ਅੱਜ। ਹਾਂਜੀ ਚੱਲ ਹੁਣ ਕੱਲ੍ਹ ਤਾਂ ਛੁੱਟੀ ਫਿਰ। ਅਤੇ ਦੀਦੀ ਕਹਿੰਦੇ ਸਿਲਾਈ ਤਾਂ ਆ ਗਈ ਤੈਨੂੰ, ਤੂੰ ਸੂਟ ਲੈ ਜਾ ਕਰ ਘਰੇ। ਅੱਛਾ ਅਤੇ ਜਿੰਨੀ ਸਵਾਈ ਹੋ ਗਈ ਦੇ ਦਿਆ ਕਰਾਂਗੇ ਇਹ ਤੁਹਾਨੂੰ। ਅਤੇ ਲੈ ਆ ਕਰ। ਲੈ ਤਾਂ ਕਰਾਂ ਮੰਮ ਜੀ, ਭਾਅ ਜੀ ਉਹਨਾਂ ਨੂੰ ਪਤਾ ਲੱਗ ਗਿਆ ਫਿਰ। ਨਹੀਂ ਪਤਾ ਲੱਗਦਾ ਉਹਨੂੰ, ਉਹਨੂੰ ਕਿ ਉਹ ਸਾਰਾ ਦਿਨ ਕਿਹੜਾ ਘਰ ਰਹਿੰਦਾ ਵਾ, ਨਹੀਂ ਪਤਾ ਲੱਗਦਾ। ਤੂੰ ਲੈ ਆ ਕਰ, ਕੋਈ ਪੈਸਾ ਚੱਲ ਆਊਗਾ ਤੈਨੂੰ, ਕਿਤੇ ਆਪਣਾ ਬੰਦਾ ਖਰਚਾ ਕਰ ਲੈਂਦਾ। ਮੈਂ ਸਿਲਾਈ ਸਿੱਖੀ ਕੋਈ ਫਾਇਦਾ ਤਾਂ ਹੋਊਗਾ? ਹਾਂ ਉਹ ਫਿਰ ਸਿੱਖ ਕੇ ਤਾਂ ਇੱਦਾਂ ਬੈਠੀ ਰਹੀ, ਫਿਰ ਕੀ ਫਾਇਦਾ ਵਾ ਸਿੱਖਣ ਦਾ। ਹਾਂਜੀ ਲੈ ਆ ਕਰ ਤੂੰ, ਕੋਈ ਗੱਲ ਨਹੀਂ। ਚਲੋ ਠੀਕ ਹੈ ਮੈਂ ਲੈ ਆ ਕਰਾਂਗੀ। ਹਾਂ ਠੀਕ ਪਤਾ ਨਹੀਂ ਕਿੱਥੇ ਰੱਖੀ ਇਹਨੇ, ਮੇਰੀ ਬੈਲਟ ਕਿੱਥੇ ਰੱਖੀ ਆ? ਸਟੋਰ 'ਚ ਪਈ ਆ, ਮੈਂ ਵੀ ਅੰਦਰ ਲੱਭੀ ਜਾਣ ਦਿਆਂ, ਪਤਾ ਨਹੀਂ ਕਿੱਥੇ ਕਿੱਥੇ ਰੱਖ ਦਿੱਤੀ ਸਮਾਨ। ਸਟੋਰ 'ਚ ਤਾਂ ਹੁੰਦੀ ਪਤਾ ਤਾਂ ਹੈ, ਕਿੱਥੇ ਰੱਖੀ ਬੈਲਟ? ਲੈ ਆ ਆ ਬੈਲਟ, ਐਵੇਂ ਮੈਂ ਸਾਰਾ ਘਰ ਲੱਭੀ ਜਾਵਾਂ।
ਉਹ ਬਿਨਾਂ ਸੀਤੇ ਕੱਪੜੇ ਰੱਖੇ ਮੰਮੀ ਹੁਣੀ ਤੇ ਬਾਹਰੋਂ ਸਵਾਉਂਦੇ ਆ ਤੇ ਸੰਦੀਪ ਹਾਂਜੀ ਬਿਨਾਂ ਸੀਤੇ ਕੱਪੜੇ ਕਿੱਥੋਂ ਆਏ ਇੱਥੇ ਤੁਸੀਂ ਤੇ ਬਾਹਰੋਂ ਸਵਾਉਂਦੇ ਜਾਣਾ ਕੱਪੜੇ ਇਹ ਸੂਟ ਇਹ ਤਜਿੰਦਰ ਹਾਂ ਇਹ ਸੂਟ ਨਾ ਉਹ ਮੈਂ ਟੇਲਰ ਨੂੰ ਨਹੀਂ ਦਿੱਤਾ ਉਹਨੇ ਮੈਨੂੰ ਫੋਨ ਕੀਤਾ ਸੀ ਕਹਿੰਦੀ ਮੈਨੂੰ ਇੱਕ ਹਫ਼ਤਾ ਲੱਗ ਜਾਣਾ ਵਾ ਤੇ ਜਾਣਾ ਸੀ ਉਹਨੇ ਕਿਤੇ ਅਤੇ ਮੈਂ ਫਿਰ ਉਹਦੇ ਕੋਲ ਇੱਦਾਂ ਲਿਆਈ ਹੈ ਮੈਂ ਕਿਹਾ ਹੋਰ ਕਿਤੇ ਦੇ ਦਾਂਗੀ ਤਾਂ ਕਰਕੇ ਇੱਥੇ ਪਿਆ ਇਹ ਸੂਟ ਇੱਦਾਂ ਹੀ ਠੀਕ ਹਾਂ ਮੈਂ ਆਉਣੀ ਹੈ ਕੰਮ ਹੈ ਮੈਨੂੰ बड़ी मुश्किल तो दवाई ला चलो मैं ला जानी अंदर दवाई ली नहीं दवाई कितो लिया पूरी तेज चला मोटरसाइकिल ਤਜਿੰਦਰ ਦਾ ਐਕਸੀਡੈਂਟ ਹੋਣ ਤੋਂ ਬਾਅਦ ਉਹ ਬੈੱਡ 'ਤੇ ਆ ਜਾਂਦਾ ਹੈ ਅਤੇ 6 ਮਹੀਨੇ ਇਲਾਜ ਹੋਣ ਤੋਂ ਬਾਅਦ ਵੀ ਉਹਦੀ ਲੱਤ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ ਫਿਰ ਇੱਕ ਦਿਨ ਗੋਡਾ ਪਤਾ ਨਹੀਂ ਕਦੋਂ ਠੀਕ ਹੋਣਾ ਮੇਰਾ 6 ਮਹੀਨੇ ਹੋ ਗਏ ਬੈੱਡ 'ਤੇ ਪਏ ਨੂੰ ਸੰਦੀਪ ਦਵਾਈ ਦੇ ਦੇ ਮੇਰੀ ਦਰਦ ਬੜੀ ਹੋਣ ਡਈ ਆ ਤਜਿੰਦਰ दवाई तो खत्म हो गई है दवाई खत्म हो गई है तो ले आनी ही और जरा तू एटीएम दिता ही उस पे पैसे खत्म हो गए सारे ले आनी किथो मैं पैसे खत्म हो गए हां जी नहीं रहन दे कोई नहीं चल बतेरी दवाई खा ली आ नहीं तो जिंदा दवाई तो चाहिदी है ना आपे फर्क पै जाऊगा कोई नहीं रहन दे नहीं तो रुको इथे मैं हुने लेके आनी है तो जिंदर आ देखो मेरे को पैसे आ गए तो मैं तुम्हें मेरी दवाई ला दंगी पैसे तेरे को कितों आए पैसे ये पैसे तजिंदर ये मेरी जेब जो कट के जोड़े है ना तू नहीं तजिंदर मैं तेरी जेब से एक पैसा नहीं लिया हैगा तो फिर तेरे को पैसे कितों आए तू कड़ी कमाई कर दी कोई मम्मी जी मम्मी ने मैं दस दा तेरे लिए चंगा तजिंदर मम्मी ने की दसना मम्मी जी आ वेखो पैसे किन्ने चुकी फिर दी है इहदे को कित्थों आए ने पैसे मैं तेनूं फड़ाया नहीं कदी बस कर चंगा तेने ने पुछा ही ना सिलाई सीखने वास्ते तू इहने मना करता है फिर मेरे को पुछ के ते जांदी रही तो उहने सिख के ते अपने कपड़े सींदी रही है ते फिर उहने पैसे जमा कीते आ उह वी उहने अपने कोल नहीं रखे उह वी तेरी दवाई लई देण रही है फिर भी तू उत्ते शक करी जाना मैं तो ना गलत समझता रहा संदीप सॉरी यार बस तू जिंदा माफी कारी मंगनी सॉरी कादी हुन तू मंगण दिया चलो तू उत्ते शक ही करदा रहना तू बाहर नहीं जाना तू आ काम नहीं करना तू ओ काम नहीं करना तू तो पिछले जमाने दे बुढ़िया चो आ गया जनानियां बाहर नहीं जांदियां जनानियां अजकल सारे काम करदियां पूरी बंदे दे नाल बराबर कमाई करदियां ਤੇ ਉਦੋਂ ਉਹਨੂੰ ਸ਼ੱਕ ਕਰ ਕਰਕੇ ਹੀ ਦੱਬ ਛੱਡਿਆ ਵਾ ਵੀ ਤੂੰ ਆਹ ਕੰਮ ਨਹੀਂ ਕਰਨਾ ਤੂੰ ਉਹ ਨਹੀਂ ਕਰਨਾ ਅੱਜ ਕੱਲ੍ਹ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਜਿੰਨੇ ਬੰਦੇ ਕਮਾਈ ਕਮਾ ਕਰਦੇ ਆ ਨਾ ਉਨੀ ਜਨਾਨੀ ਕਮਾਈ ਕਰਦੀ ਹੈ ਠੀਕ ਆ ਗਲਤ ਨਹੀਂ ਸਮਝੀਦਾ ਹੁੰਦਾ ਜਨਾਨੀਆਂ ਹੁਣ ਤੂੰ ਮੰਜੇ 'ਤੇ ਪਿਆ ਤੇਰੇ ਇਲਾਜ ਵਾਸਤੇ ਉਹਨੇ ਪੈਸੇ ਕੱਢ ਲਿਆ ਵੀ ਦਵਾਈ ਮੈਂ ਲਿਆ ਦਿੰਦੀ ਆਪਣੇ ਕੋਲੋਂ ਜੇ ਇਹਦੇ ਕੋਲ ਵੀ ਨਾ ਹੁੰਦੇ ਹੁਣ ਤਾਂ ਫਿਰ ਕੀ ਕਰਨਾ ਸੀ हाँ जी मम्मी जी गल तो ढी ठीक है चल कोई नहीं संदीप हम तू सिलाई तो सीख ही ली है हाँ जी तो मैं भी यहाँ ठीक होना है तो फिर आप बुटीक खोल के देवे तेन ठीक है हाँ जी फिर तू जो सीना होगा एक गल होर जनानियां घर के काम भी सारे कर दी घर भी संभाल दी बाहरों कमाई भी कर दी
ਬੰਦਿਆਂ ਨੇ ਤਾਂ ਬਸ ਇੱਕੋ ਗੱਲ ਸਿੱਖੀ ਆ ਵੀ ਜਨਾਨੀ ਨੂੰ ਘਰੇ ਰੱਖਣਾ ਘਰੇ ਰੱਖਣਾ, ਇਹਨੇ ਨਹੀਂ ਕਿਤੇ ਜਾਣਾ ਬਾਹਰ। ਨਹੀਂ ਕੋਈ ਨਹੀਂ, ਹੁਣ ਤੂੰ ਕਰਿਆ ਕਰੀ। ਹਾਂ ਹੁਣ ਰਲ ਮਿਲ ਗਿਆ, ਆਪਣਾ ਕੰਮ ਕਰੋ। ਹਾਂਜੀ ਠੀਕ ਠੀਕ ਆ। ਹਾਂਜੀ ਚਲੋ ਠੀਕ ਆ, ਮੈਂ ਦਵਾਈ ਲੈ ਦਾ। ਹਾਂ ਲਿਆ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਅਤੇ ਜੇ ਤੁਸੀਂ ਸਾਡੇ ਚੈਨਲ ਬੀਂਗ ਸਿੱਖ 'ਤੇ ਪਹਿਲੀ ਵਾਰੀ ਆਏ ਹੋ ਤਾਂ ਇਸਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਸਾਡਾ ਇੰਸਟਾਗ੍ਰਾਮ 'ਤੇ ਪੇਜ ਹੈ ਜੀ ਬੀਂਗ ਸਿੱਖ ਔਨਲਾਈਨ ਦੇ ਨਾਮ ਨਾਲ, ਉਸਨੂੰ ਵੀ ਫੋਲੋ ਜ਼ਰੂਰ ਕਰ ਲਿਓ। ਉਸ 'ਤੇ ਵੀ ਕੁਝ ਨਾ ਕੁਝ ਫੋਟੋਜ਼ ਵਗੈਰਾ ਪਾ ਦੇਈਦੀਆਂ ਕਦੀ ਕਦੀ, ਅਤੇ ਬਾਕੀ ਬਸ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।